वाहेगुरु जी का खालसा, वाहेगुरु जी की फतेह। अज दो चार गल्लां करन वास्ते, आप सब दे नाल विचार सांझे करन वास्ते यह मैं वीडियो पा रहा है। दो तीन दिन पहलों एक मैं वीडियो देख रहा सी, जिस भाई अमृतपाल सिंह जी ये बयान कर रहे थे भी सुधीर सूरी नू जिहड़ी मौजूदा हुकूमत सी श्रोमणी अकाली दल दी बीजेपी दी, इन्हां ने शह दित्ती जां उन्हू प्रोटेक्ट करदे रहे। मैं ये थोड़ी जी जानकारी तुहाडे दसना चाहुंदा। अमृतसर दे विच जदों इन्हें 2% वाला बयान दिता सीगा, क्योंकि उन्होंने इहदे बारे जिक्र किया भी उदों सरकारां ने कुछ नहीं किया, एज ए दास क्योंकि अमृतसर दा शहरी दा प्रधान सी 2016 दे विच उह बयान आए सी, जां उस तों बाद भी जदों भी बयान आए उदों मेरे ख्याल औलख साहब कमिश्नर सीगे, ते असीं जाके जदों इस बारे उन्होंने गल की उह कहिंदे मेरे भी ध्यान च थोड़ी देर पहलों ही आया वा, ते इमीजिएट उन्होंने एक्शन लैंदे होए इहदी जो भी रह करके परचा जिहड़ा दित्ता सीगा जिहदे च फिरकू जिहड़े भड़काऊ बयान देण करके जां किसे भी सिख भावनावां दे खिलाफ जां किसे दोवां कौमां नूं जिहदे नाल पंजाब दा माहौल खराब करे उहदे च परचा दित्ता गया सीगा, ते उस दी गिरफ्तारी भी जिहड़ी इहदी होई सी, जिहदे च कि मेरे ख्याल 4-5 महीने मैनूं श्योर आ भी इह गुरदासपुर जेल दे विच वी ते होर जेलां च वी इह ला के आए। उस तों बाद वी 4-5 परचे जिहड़े आ समें दे नाल हुंदे रहे। एससी एक्ट दा वी परचा, क्योंकि भगवान वाल्मीकि महाराज जी बारे इन्हें गलत बोलिया सी, सो समय दे नाल जे उदों परचे होए ते उस श्रोमणी अकाली दल दी सरकार सी, ते असीं अपनी जिम्मेवारी समझदे होए उस दा जदों पुलिस दे ध्यान लिता ते पुलिस ने भी प्रिवेंटिव एक्शन लिया। बाकी जिहड़ी गल सिक्योरिटी दी रही, जदों भी कोई इहो जिहे बयान दिंदे आ जिन्ने शिवसेना वाले इह बाहरों कई साडे वीर जां लोकल कई जिहड़े आ वीर जिन्हां दे मनां 'च गुस्सा आउंदा ते इहनां नूं मारन दीआं धमकियां लाउंदे ने, ਇਹ ਜਿਹੜੀਆਂ ਕੋਈ ਵੀਡੀਓ ਬਣਦੀਆਂ ਨੇ ਜਾਂ ਫੋਨ ਕਾਲਸ ਬਣਦੀਆਂ ਨੇ ਜਦੋਂ ਹਾਈ ਕੋਰਟ ਜਾ ਕੇ ਦਿਖਾਉਂਦੇ ਨੇ, ਤੇ ਉੱਥੇ ਹਾਈ ਕੋਰਟ ਵੱਲੋਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਆ। ਕਈ ਅਫਸਰ ਸਾਹਿਬਾਨ ਆਏ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਦੋਂ ਵੀ ਇਹਦੇ ਬਾਰੇ ਗੱਲ ਹੁੰਦੀ ਵੀ ਸਿਕਿਉਰਿਟੀ ਵਧਾ ਰਹੇ ਆ, ਤੇ ਕਈ ਵਾਰੀ ਚੰਗੇ ਚੰਗੇ ਵੱਡੇ ਵੱਡੇ ਅਫਸਰ ਆਪ ਕਹਿੰਦੇ ਸੀ ਵੀ ਇਹ ਸਾਨੂੰ ਆਪ ਨੂੰ ਬੜਾ ਔਖਾ ਵਾ, ਪਰ ਹਾਈ ਕੋਰਟ ਜਦੋਂ ਆਰਡਰ ਕਰ ਦਿੰਦੀ ਵੀ ਇਹਦੀ ਸਿਕਿਉਰਿਟੀ ਇਸ ਕੈਟਾਗਰੀ ਦੀ ਕਰੋ ਜਾਂ ਇਹਨੂੰ ਹੋਰ ਸਿਕਿਉਰਿਟੀ ਦਿਓ, ਸਾਡੇ ਵਾਸਤੇ ਮਜਬੂਰੀ ਹੋ ਜਾਂਦੀ। ਸੋ ਮੇਰੀ ਬੇਨਤੀ ਆ ਵੀ ਕਈ ਗੱਲਾਂ ਆਪਾਂ ਤੱਥਾਂ ਤੋਂ ਆਧਾਰ ਤੇ ਜਦੋਂ ਗੱਲ ਕਰਦੇ ਹਾਂ, ਬਹੁਤ ਜ਼ਿੰਮੇਵਾਰੀਆਂ ਜਦੋਂ ਪਬਲਿਕ ਤੁਹਾਡੇ ਨਾਲ ਵਿਸ਼ਵਾਸ ਕਰਨ ਲੱਗ ਪੈਂਦੀ ਜਾਂ ਜੁੜਦੀ ਹੈ ਜਾਂ ਕਿਸੇ ਵੀ ਆਗੂ ਨੂੰ, ਚਾਹੇ ਉਹ ਸਿਆਸੀ ਹੋਵੇ ਧਾਰਮਿਕ ਹੋਵੇ, ਉਹਦੇ ਮੂੰਹ ਚੋਂ ਨਿਕਲੀ ਹਰ ਗੱਲ ਨੂੰ ਲੋਕ ਬੜੀ ਧਿਆਨ ਨਾਲ ਸੁਣਦੇ ਨੇ, ਵਿਚਾਰਦੇ ਨੇ। ਸੋ ਇਹ ਗੱਲਾਂ ਮੈਂ ਤਾਂ ਲਿਆ ਰਿਹਾ ਵੀ ਉਦੋਂ ਹਮੇਸ਼ਾ ਹੀ ਜਦੋਂ ਵੀ ਕੋਈ ਇੱਦਾਂ ਕਰਦਾ ਰਿਹਾ, ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਵੀ ਤੇ ਸਿਆਸੀ ਬੰਦੇ ਵੀ, ਚਲੋ ਅਸੀਂ ਵੀ ਜਿੰਨੇ ਜੋਗੇ ਅਸੀਂ ਵੀ ਇਸ ਦੀ ਵਿਰੋਧਤਾ ਹਮੇਸ਼ਾ ਆਪਣੇ ਹਿਸਾਬ ਨਾਲ ਕਰਦੇ ਰਹੇ ਹਾਂ। ਬਾਕੀ ਇੱਕ ਮੇਰੇ ਵੀਰ ਸਰਦਾਰ ਉਪਕਾਰ ਸਿੰਘ ਸੰਧੂ ਹੋਣਾ ਨੇ ਵੀ ਬਹੁਤ ਜ਼ਿਆਦਾ ਵਿਸਥਾਰ ਨਾਲ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਾਂ ਬਾਦਲ ਸਾਹਿਬ ਪ੍ਰਤੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਅਤੇ ਜਾਂ ਸੁਖਬੀਰ ਸਿੰਘ ਬਾਦਲ ਪ੍ਰਤੀ, ਬਿਕਰਮ ਮਜੀਠੀਆ ਜੀ ਪ੍ਰਤੀ ਬੜੀਆਂ ਹੀ ਗੱਲਾਂ ਕੀਤੀਆਂ, ਪਰ ਇਹ ਸਾਰਿਆਂ ਨੂੰ ਪਤਾ ਕਿਉਂਕਿ ਸੰਧੂ ਸਾਹਿਬ ਵੀ ਤਕਰੀਬਨ 9-9.5 ਸਾਲ ਤੋਂ ਉੱਪਰ ਦਾ ਸਮਾਂ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ, ਸ਼ਹਿਰ ਦੀ ਪ੍ਰਧਾਨਗੀ ਵੀ ਕੀਤੀ ਹੈ, ਚੇਅਰਮੈਨੀਆਂ ਵੀ ਹੰਡਾਈਆਂ, ਇਹ ਚੀਜ਼ਾਂ ਉਦੋਂ ਕਿਉਂ ਨਹੀਂ ਆਉਂਦੀਆਂ? ਮੈਂ ਇਹ ਗੱਲਾਂ ਤੋਂ ਹੈਰਾਨ ਹੁੰਦਾ ਵੀ ਜਦੋਂ ਪਾਸੇ ਹੋ ਜਾਂਦੇ ਹਾਂ ਜਾਂ ਆਪਾਂ ਕੋਈ ਗੱਲ ਕਰਦੇ ਹਾਂ ਉਦੋਂ ਸਾਰੀਆਂ ਚੀਜ਼ਾਂ ਪਾਰਟੀਆਂ ਮਾੜੀਆਂ ਹੋ ਜਾਂਦੀਆਂ, ਉਦੋਂ ਉਹਦੀਆਂ ਮਾੜੀਆਂ ਗੱਲਾਂ ਜਿਹੜੀਆਂ ਵੀ ਸਾਡੇ ਮਨ 'ਚ ਆਉਂਦੀਆਂ ਲੋਕਾਂ ਨੂੰ ਉਹ ਦੱਸਦੇ ਵੀ ਅਸੀਂ ਚੰਗੇ ਹਾਂ, ਬਾਕੀ ਸਭ ਕੁਛ ਮਾੜਾ। ਸੋ ਇਹ ਗੱਲਾਂ ਨਹੀਂ ਇੱਦਾਂ ਦੀਆਂ ਚਾਹੀਦੀਆਂ, ਆਪਾਂ ਉਦੋਂ ਹੈ ਜਾਂ ਤਾਂ ਉਦੋਂ ਇੱਕਦਮ ਕੋਈ ਵਿੱਚ ਗੱਲ ਕਰੇ ਅਤੇ ਫਿਰ ਇਸ ਗੱਲ ਦੀ ਗੱਲ ਆਉਂਦੀ ਹੈ। ਬਾਕੀ ਜਿਹੜੀਆਂ ਗੱਲਾਂ ਆਪਾਂ ਗੱਲ ਕਰਦੇ ਹਾਂ ਅੱਜ ਹਾਲਾਤਾਂ ਦੇ ਬਾਰੇ, ਜੇ ਬਾਦਲ ਸਾਹਿਬ ਦੇ ਬਾਰੇ ਬਹੁਤ ਜ਼ਿਆਦਾ ਜਿਹੜਾ ਵੀ ਅੱਜ ਉੱਠਦਾ ਉਹ ਟੀ ਵੀ 'ਤੇ ਸਰਕਾਰ ਬਾਰੇ ਜਾਂ ਪਿਛਲੀ, ਬਿਲਕੁਲ ਹੀ ਕਰ ਦਿੰਦਾ, ਪਰ ਮੈਂ ਧਿਆਨ ਦੇਣਾ ਬਹੁਤ ਵੱਡੇ ਜਿਹੜੇ ਕੰਮ ਕੀਤੇ, ਕਿਉਂਕਿ ਅੱਜ ਦਾ ਇਹ ਟੋਪਿਕ ਨਹੀਂ ਹੈਗਾ। ਮਤਲਬ ਜੇ ਕਿਸੇ ਨੂੰ ਇਹਦੇ ਬਾਰੇ ਵਿਸਥਾਰਨਾ ਚਾਹੀਦੀ, ਸਾਡੇ ਕੋਲ ਪੰਫਲੈਟਸ ਬਣੇ ਨੇ, ਬੁੱਕਸ ਬਣੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪੰਜਾਬੀਅਤ ਵਾਸਤੇ ਕੀ ਕੀਤਾ ਪਿਛਲੇ ਲੰਮੇ ਸਮੇਂ 'ਚ, ਲੜਾਈ ਲੜਦੇ ਰਹੇ ਹਮੇਸ਼ਾ ਹੀ, ਅਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਜੇ ਸਰਕਾਰਾਂ ਆਪਣੀਆਂ ਰਹੀਆਂ ਸੀ, ਜੇ ਖਾਲਸੇ ਦੀ ਸਰਕਾਰ ਜਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਭਾਈਵਾਲ ਜ਼ਰੂਰ ਸੀ, ਪਰ ਕਈ ਐਸੇ ਕੰਮ ਕੀਤੇ ਨੇ ਜਿਹੜੀਆਂ ਅੱਜ ਕਾਂਗਰਸ ਦੀਆਂ ਹੈਗੀਆਂ। ਜਿੱਦਾਂ ਉਪਕਾਰ ਸਿੰਘ ਸੰਧੂ ਕਹਿ ਰਿਹਾ ਵੀ ਅਕਾਲੀ ਦਲ ਨੇ ਮਾੜਾ ਕੀਤਾ, ਅਤੇ ਬਾਅਦ 'ਚ ਇਮੀਡੀਏਟ ਉਸ ਕਾਂਗਰਸ ਦੇ ਕੋਲ ਜਾ ਕੇ ਸਿਰੋਪਾ ਪਵਾ ਲਿਆ ਜਿਹੜੀ ਕਾਂਗਰਸ ਨੇ ਸੈਂਕੜੇ ਸਾਡੇ ਗੁਰਦੁਆਰੇ ਸਾਹਿਬਾਨਾਂ 'ਤੇ ਅਟੈਕ ਕੀਤੇ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ, 84 ਦੇ ਦੰਗੇ ਕੀਤੇ ਬੜੇ ਹੈਗੇ, ਫਿਰ ਉਦੋਂ ਸਿਰੋਪਾ ਪਵਾਇਆ, ਫਿਰ ਉਸ ਤੋਂ ਬਾਅਦ ਆਪਾਂ ਆਪ 'ਚ ਚਲ ਗਏ, ਫਿਰ ਅਕਾਲੀ ਦਲ 'ਚ ਆ ਗਏ।
ਸੋ ਇਹੋ ਜਿਹੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਸਰਬ ਸਾਂਝੀ ਵਾਲਤਾ ਦੀ ਗੱਲ ਜਿਹੜੀ ਇਹ ਗੱਲ ਕਰ ਰਿਹਾ ਮੈਂ, ਜਿੱਥੇ ਇਹ ਤੁਹਾਡੇ ਨਾਲ ਇੱਕ ਗੱਲ ਇਹ ਵੀ ਕਰਨਾ ਚਾਹੁੰਦਾ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਆਪਣੇ ਆਪਣੇ ਵਿਚਾਰ ਹੋ ਸਕਦੇ ਨੇ, ਆਪਣੀ ਆਪਣੀ ਸੋਚ ਹੋ ਸਕਦੀ ਆ, ਤੇ ਜਿਵੇਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸੰਬੰਧੇ ਏਕ ਨੂਰ ਤੇ ਸਭ ਜਗੋਤਿਆ ਕੌਣ ਭਲੇ ਕੌਣ ਮੰਦੇ। ਸਾਡੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਨੇ ਤੇ ਹਿੰਦੂ ਧਰਮ ਵਾਸਤੇ ਆਪਣਾ ਸੀਸ ਤੱਕ ਕੁਰਬਾਨ ਕਰਤਾ। ਸੋ ਪੰਜਾਬ ਪੰਜਾਬੀਅਤ ਵਾਸਤੇ ਪੰਜਾਬ ਦਾ ਜਿਹੜਾ ਮਾਹੌਲ ਹੈ, ਪਹਿਲਾਂ ਹੀ ਬਹੁਤ ਅਸੀਂ ਸੰਤਾਪ ਭੋਗ ਚੁੱਕੇ ਹਾਂ। ਬਹੁਤ ਵੱਡਾ ਸਾਡਾ ਨੌਜਵਾਨੀ ਦਾ ਨੁਕਸਾਨ ਹੋਇਆ, ਇਕੋਨਮੀ ਅਸੀਂ ਪਿੱਛੇ ਚੱਲ ਗਏ ਹਾਂ, ਇੰਡਸਟਰੀ ਸਾਡੀ ਪੰਜਾਬ 'ਚ ਰਹੀ ਬਹੁਤ ਮਾਰਾਂ ਮਾਰ ਰਹੀ ਹੈ ਸੈਂਟਰ ਸਰਕਾਰ। ਬਹੁਤ ਜਿਹੜੀ ਰਿਚ ਸਟੇਟ ਸੀ ਆਪਣੀ 1970 ਜਾਂ 85 ਤੱਕ ਮੈਂ ਸਮਝਦਾ, ਤੁਸੀਂ ਡਾਟੇ ਕਢਾ ਕੇ ਦੇਖ ਲਓ, ਆਪਣੀ ਜਿਹੜੀ ਪੰਜਾਬ ਦੀ ਬੜੀ ਜਿਹੜੀ ਰਿਚ ਸੀਗੀ। ਸਮੇਂ ਦੀਆਂ ਸਰਕਾਰਾਂ ਨੇ ਜਿਹੜੀ ਹੈ ਆਪਣੀ ਸੈਂਟਰ ਸਰਕਾਰਾਂ ਜਾਂ ਕਾਂਗਰਸ ਨੇ ਕਈ ਇੱਦਾਂ ਦੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਪੰਜਾਬ ਪਿਛੜਦਾ ਪਿਛੜਦਾ ਬਹੁਤ ਪਿਛੜ ਗਿਆ। ਸੋ ਮੈਂ ਇਹ ਵੀ ਗੱਲ ਕਹਿੰਦਾ ਵੀ ਜੇ ਅਕਾਲੀ ਸਰਕਾਰ ਸੀ, ਜੰਗੇ ਆਜ਼ਾਦੀ ਜਿਹੜੀਆਂ ਬਣਾਈਆਂ, ਵਾਰ ਮਿਊਜ਼ੀਅਮ ਬਣੇ, ਵਿਰਾਸਤ ਏ ਖਾਲਸਾ ਬਣਿਆ, ਸਾਡਾ ਇਹ ਹੈਰੀਟੇਜ ਵਾਕ ਹੈ, ਇਹ ਉਹੀ ਮੈਂ ਤਾਂ ਕਿਉਂਕਿ ਅਸੀਂ ਸ਼ਹਿਰ 'ਚ ਵੇਖਦੇ ਰਹੇ ਹਾਂ, ਕਈ ਵਾਰੀ ਕਾਰਪੋਰੇਸ਼ਨ ਵਾਲੇ ਇੱਥੇ ਬੋਰਡ ਵੀ ਨਹੀਂ ਲਾਉਣ ਦਿੰਦੇ ਹੁੰਦੇ, ਜਾਂ ਘੰਟਾ ਘਰ ਦੇ ਪਾਸੇ ਜਿਹੜੇ ਪੁਰਾਣੇ ਜਾਣ ਆ ਵੀ ਉੱਥੋਂ ਜਾ ਕੇ ਕੋਈ ਕਰ ਨਹੀਂ। ਅਤੇ ਅੱਜ ਉਸ ਜਿਹੜੀ ਹਾਲ ਬਜ਼ਾਰ ਤਿੱਕਰ, ਟਾਊਨ ਹਾਲ ਤਿੱਕਰ ਖਾਲਸੇ ਦੇ ਵੱਖਰੇ ਵੱਖਰੇ ਆ, ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲੱਗੇ ਨੇ, ਨਿਹੰਗ ਸਿੰਘਾਂ ਦੇ ਬੁੱਤ ਲੱਗੇ ਨੇ, ਉਸ ਨੂੰ ਇੱਕ ਵੱਖਰੀ ਰੂਪ ਜਿਹੜੀ ਆ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਿੱਤੀ ਆ। ਇਸ ਤਰ੍ਹਾਂ ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਇਹ ਕਰਤਾਰਪੁਰ ਸਾਹਿਬ ਦਾ। ਮੈਂ ਜਿਹੜੇ ਵੀਰ ਕੁਸ਼ਚਨ ਆਸਣ ਕਈ ਕਰਦੇ ਆ, ਕਦੀ ਕਰਤਾਰਪੁਰ ਸਾਹਿਬ ਜੰਗੇ ਆਜ਼ਾਦੀ ਦੀ ਜਿਹੜੀ ਆ ਯਾਦਗਾਰ ਬਣਾਈ ਐਡੀ ਵਰਲਡ ਕਲਾਸ, ਉਹਦੇ ਅੰਦਰ ਜਾ ਕੇ ਵੇਖਿਆ 100 ਸਾਲਾਂ ਦਾ ਇਤਿਹਾਸ ਹੈ। ਅੰਮ੍ਰਿਤਸਰ ਜਿਹੜੀ ਵਾਰ ਮਿਊਜ਼ੀਅਮ ਬਣਿਆ ਵਾ ਵਰਲਡ ਕਲਾਸ ਦੇ ਵਿੱਚ, ਜਿਹ 'ਚ ਪੰਜਾਬੀਆਂ ਦੀ ਜਿਹੜੀਆਂ ਕੁਰਬਾਨੀਆਂ ਨੇ, ਪੰਜਾਬ ਦੇ ਫੌਜੀ ਜਵਾਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਦੇਸ਼ ਵਾਸਤੇ, ਇਹ ਸਾਰਿਆਂ ਦਾ ਇਤਿਹਾਸ ਸਮਝਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ, ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ, ਜਿੰਨੀਆਂ ਵੀ ਧਾਰਮਿਕ ਜਿਹੜੀਆਂ ਸ਼ਬਦਾਵਧੀਆਂ ਆਈਆਂ ਸਰਕਾਰਾਂ ਦੇ ਵੇਲੇ, ਉਹਨਾਂ ਦੀ ਜਲੋ ਜਲਾਲ ਕਿਸ ਹਿਸਾਬ ਨਾਲ ਸੈਲੀਬ੍ਰੇਸ਼ਨਸ ਕੀਤੀਆਂ ਗਈਆਂ। ਸੋ ਚਲੋ ਮੈਂ ਮੰਨਦਾ ਵਾਂ, ਕੰਮ ਕਰਦਿਆਂ ਜੇ ਸਰਕਾਰਾਂ ਦੇ ਵਿੱਚ ਬਾਦਲ ਸਾਹਿਬ ਕੋਲੋਂ ਜਾਂ ਹੋਰ ਸਾਡੀਆਂ ਜ਼ਿੰਮੇਵਾਰ ਕਿਤੇ ਕੋਈ ਕੁਤਾਹੀਆਂ ਰਹਿ ਵੀ ਗਈਆਂ, ਕਿਉਂਕਿ ਜਦੋਂ ਕੰਮ ਕਰਨਾ ਕਿਤੇ ਹੋ ਗਈਆਂ, ਚਲੋ ਉਹ ਵੀ ਅਸੀਂ ਜਿਹੜੀ ਆ ਭੁੱਲਣ ਹਾਰ ਹੈ, ਬੰਦਾ ਇਨਸਾਨ ਭੁੱਲਣ ਹਾਰ ਹੈ, ਪਰ ਆਪਾਂ ਬਿਲਕੁਲ ਹੀ ਲਕੀਰਾਂ ਮਾਰ ਦਿੰਦੇ ਹਾਂ ਵੀ ਜਿਵੇਂ ਬੇੜਾ ਗਰਕ ਹੀ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਬਾਦਲ ਸਾਹਿਬ ਨੇ ਕੀਤਾ, ਬਹੁਤ ਵੱਡੇ ਕੰਮ ਨੇ ਇਹ ਕੀਤੇ ਨੇ। ਮੇਰੀ ਸਗੋਂ ਹੁਣ ਸਿਰਫ ਇੱਕੋ ਹੀ ਬੇਨਤੀ ਆ ਵੀ ਪੰਜਾਬ ਦਾ ਮਾਹੌਲ ਜਿਹੜਾ ਵਾ, ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਕੇ ਸਿੱਖੀ ਦੇ ਪ੍ਰਚਾਰ ਵਾਸਤੇ, ਅੰਮ੍ਰਿਤ ਪ੍ਰਚਾਰ ਵਾਸਤੇ ਲੱਗੇ ਨੇ, ਬਹੁਤ ਵਧੀਆ ਉਹਨਾਂ ਦਾ ਉਪਰਾਲਾ, ਚੰਗਾ ਸ਼ਲਾਘਾਯੋਗ ਹੈ। ਪਰ ਕਿਤੇ ਨਾ ਕਿਤੇ ਜਿਹੜੀ ਹੋਰ ਵੀਰਾਂ ਦੀ ਜਿਹੜੀ ਬਿਆਨਬਾਜ਼ੀ ਜਾਂ ਇਹ 'ਚ ਕਿੰਤੂ ਪਰੰਤੂ, ਉਹਨਾਂ ਨੂੰ ਇਸ ਚੱਕਰ 'ਚ ਪੈਣਾ ਨਹੀਂ ਚਾਹੀਦਾ। ਉਹ ਆਪਣੀ ਧਰਮ ਦੀ ਪੰਥ ਦੀ ਗੱਲ ਕਰਨ, ਅੰਮ੍ਰਿਤ ਛਕਾਉਣ, ਨੌਜਵਾਨਾਂ ਨਾਲ ਜੋੜਨ, ਉਹਦੇ ਨਾਲ ਹੈਗਾ, ਕਿਉਂਕਿ ਸ਼ਹਿਰ 'ਚ ਅਸੀਂ ਵੀ ਮਹਿਸੂਸ ਕਰਦੇ ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੋਕਾਂ ਦੇ ਮਨਾਂ 'ਚ ਜਿਹੜੀ ਹੈ ਉਹ ਸਹਿਮ ਦਾ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਪੰਜਾਬ ਨੂੰ ਬਹੁਤ ਲੋੜ ਹੈ, ਸਾਡੀ ਨੌਜਵਾਨ ਪੀੜ੍ਹੀ ਬਾਹਰ ਜਾਈ ਜਾ ਰਹੀ ਹੈ, ਇੱਥੇ ਨੌਜਵਾਨ ਜਿਹੜੇ ਆ ਉਹ ਵੀ ਹਾਲਾਤ ਜਿਹੜੇ ਨੇ ਨਸ਼ਿਆਂ 'ਚ ਗਏ ਨੇ, ਬੜਾ ਚੰਗਾ ਉਪਰਾਲਾ ਜਿਹੜਾ ਵੀ ਕੋਈ ਕਰੇ ਆ, ਜਿੱਦਾਂ ਮਤਲਬ ਮੈਂ ਇਸ ਕੰਤੂ ਪਰੰਤੂ 'ਚ ਨਹੀਂ ਹੈਗਾ, ਕੋਈ ਵੀ ਸੰਪਰਦਾ, ਕੋਈ ਵੀ ਸਮਾਜ, ਕੋਈ ਵੀ ਪਾਰਟੀ ਜੇ ਕੋਈ ਚੰਗਾ ਕੰਮ ਕਰਦੀ, ਪਾਰਟੀਆਂ ਕਈ ਵਾਰੀ ਮਾੜੀਆਂ ਨੇ, ਉਹਦੇ ਵਿੱਚ ਕੰਮ ਕਰਨ ਵਾਲੇ ਇਨਸਾਨ ਜਿਹੜੇ ਆ ਮਾੜੇ ਹੋ ਜਾਂਦੇ ਆ। ਹੁਣ ਕਾਂਗਰਸ 'ਚ ਕਈ ਬੜੇ ਬੜੇ ਵਧੀਆ ਬੰਦੇ ਨੇ, ਬੀਜੇਪੀ 'ਚ ਵੀ ਹੋ ਸਕਦੇ ਨੇ, ਸੋ ਆਪ 'ਚ ਵੀ ਹੋ ਸਕਦੇ ਨੇ। ਸੋ ਆਪਾਂ ਇਹਨਾਂ ਚੱਕਰਾਂ 'ਚ ਨਾ ਪਈਏ, ਪੰਜਾਬ ਪੰਜਾਬੀਅਤ ਦੀ ਸ਼ਾਂਤੀ ਵਾਸਤੇ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਰਲ ਮਿਲ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।